ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਸਰਬੀਅਨ ਮਾਡਲ ਨਤਾਸ਼ਾ ਦੇ ਨਾਲ ਮੰਗਣੀ ਕਰ ਲਈ ਹੈ। ਇਸ ਦੀ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ। ਨਵਾਂ ਸਾਲ ਮਤਲਬ ਕਿ 2020 ਦੇ ਪਹਿਲੇ ਦਿਨ ਹਾਰਦਿਕ ਨੇ ਆਪਣੇ ਰਿਸ਼ਤੇ ਨੂੰ ਸਾਰਵਜਨਿਕ ਕਰਦੇ ਹੋਏ ਇੱਕ ਨਾਂ ਦਿੱਤਾ ਹੈ। ਦੋਵਾਂ ਵਿਚਾਲੇ ਅਫੇਅਰ ਦੀਆਂ ਖਬਰਾਂ ਬਹੁਤ ਪਹਿਲਾਂ ਤੋਂ ਹੀ ਚੱਲ ਰਹੀਆਂ ਸੀ। ਹਾਲਾਂਕਿ ਹੁਣ ਪਾਂਡਿਆ ਨੇ ਸਗਾਈ ਦੇ ਰਾਹੀਂ ਇਸ ਦਾ ਖੁਲਾਸਾ ਕਰ ਦਿੱਤਾ ਹੈ। ਹਾਰਦਿਕ ਪਾਂਡਿਆ ਨੇ ਇੰਸਟਾਗ੍ਰਾਮ ਤੇ 3 ਫੋਟੋਆਂ ਸ਼ੇਅਰ ਕੀਤੀਆਂ ਹਨ। ਵੀਡੀਓ ਕਲਿੱਪ ਵੀ ਇੱਕ ਸਾਂਝੀ ਕੀਤੀ ਗਈ ਹੈ। ਇੱਕ ਤਸਵੀਰ 'ਚ ਨਤਾਸ਼ਾ ਸਗਾਈ ਰਿੰਗ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਨਤਾਸ਼ਾ ਅਤੇ ਪਾਂਡਿਆ ਦੀ ਦੁਬਈ ਵਿੱਚ ਮੰਗਣੀ ਹੋਈ ਹੈ। ਇਸ ਦੌਰਾਨ ਇਹ ਜੋੜਾ ਆਪਣੇ ਕੁਝ ਨਜ਼ਦੀਕੀ ਲੋਕਾਂ ਦੇ ਨਾਲ ਕਿਸ਼ਤੀ ਤੇ ਵੀ ਦੇਖਿਆ ਗਿਆ। ਇਸ ਤੋਂ ਪਹਿਲਾਂ ਨਵੇਂ ਸਾਲ ਦੇ ਮੌਕੇ ਤੇ ਹਾਰਦਿਕ ਨੇ ਨਤਾਸ਼ਾ ਨਾਲ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਦੇ ਕੈਪਸ਼ਨ ਦੇ ਵਿੱਚ ਉਸਨੇ ਲਿਖਿਆ ਸੀ, ਮੇਰੇ ਫਾਇਰਵਰਕ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ। ਇਸ ਦੇ ਨਾਲ ਹੀ ਹਾਰਦਿਕ ਨੇ ਦਿਲ ਦੀ ਇਮੋਜੀ ਵੀ ਬਣਾਈ ਸੀ। ਦੱਸ ਦਈਏ ਕਿ ਦੋਵਾਂ ਵਿਚਾਲੇ ਅਫੇਅਰ ਦੀਆਂ ਖਬਰਾਂ ਕਾਫੀ ਪਹਿਲਾਂ ਤੋਂ ਹੀ ਮਿਲਦੀਆਂ ਆ ਰਹੀਆਂ ਹਨ। ਦੋਵੇਂ ਇਕੱਠੇ ਕਈ ਵਾਰ ਸਪੋਰਟ ਕੀਤੇ ਜਾ ਚੁੱਕੇ ਨੇ। मीडिया डेस्क द टीवी NRI।